ਰਹੀਮ ਅਸਲਾਮੋ ਅਲੈਕਮ ਵੇਖ ਰਹੇ ਹੋ ਤੁਸੀਂ ਆਪਣਾ ਕਰਨਾਣਾ ਚੈਨਲ ਤੇ ਮੈਂ ਤੁਹਾਡਾ ਮੇਜ਼ਬਾਨ ਹਾਜੀ ਇਰਫਾਜ਼ ਭਰਾਵਾਂ ਵਾਸਤੇ ਰੋਜ਼ਾਨਾ ਦੀ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆਵੀ ਦਾ ਇਨਸ਼ਾਅੱਲਾ ਉਮੀਦ ਕਰਨਾ ਵੀਡੀਓ ਤੁਹਾਡੇ ਪਸੰਦ ਆਉਂਦੀ ਹੈ ਤੁਸੀਂ ਲਾਈਕ ਵੀ ਕਰਦੇ ਹੋ ਸ਼ੇਅਰ ਵੀ ਕਰਦੇ ਹੋ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਬੈਲ ਆਈਕਾਨ ਦਾ ਬਟਨ ਜ਼ਰੂਰ ਦਬਾਉਣਾ ਤਾਂ ਕਿ ਸਾਡੀ ਆਰਾਮ ਵਾਲੀ ਵੀਡੀਓ ਜਿਹੜੀ ਹੈ ਇਹ ਤੁਹਾਡੇ ਤੱਕ ਬਸਾਨੀ ਪਹੁੰਚ ਸਕੇ ਵੀਡੀਓ ਇਸ ਤਰ੍ਹਾਂ ਜਿਹੜੀ ਬਣਾਉਣ ਲੱਗਾ ਕਾਮਰਾਨ ਦੀ ਵੀਡੀਓ ਹੈ ਅਕਸਰ ਤੁਸੀਂ ਵੀਡੀਓ ਵੇਖਦੇ ਹੋ ਪਿੰਡ ਦਿੱਤਿਆਲ ਚੇਚੀਆਂ ਜ਼ਿਲ੍ਹਾ ਗੁਜਰਾਤ ਤਹਿਸੀਲ ਵੀ ਗੁਜਰਾਤ ਦੇ ਨੰਬਰ ਉੱਤੇ ਲੱਗੇ ਹੁੰਦਾ ਕਾਵਾਂ ਦੀ ਉਹਦੀ ਵੀਡੀਓ ਹੁੰਦੀ ਹੈ ਤਕਰੀਬਨ ਹਫ਼ਤੇਵਾਰ ਸਿਲਸਿਲਾ ਉਹਨਾਂ ਦਾ ਚੱਲਦਾ ਪਿਆ ਅਤੇ ਦੂਸਰਾ ਮੈਸੇਜ ਇਹ ਕਿ ਸਾਰਿਆਂ ਭਰਾਵਾਂ ਨੂੰ ਮੈਂ ਵਾਰ ਵਾਰ ਇਹ ਦਿੰਦਾ ਪਿਆ ਕਿ ਕਰਨਾਣਾ ਐਨੀਮਲ ਟੀ ਵੀ ਹੈ ਜਿਹੜਾ ਉਹਦੇ 'ਤੇ ਵੀ ਵਿਜ਼ਿਟ ਕਰੋ ਮਾਲ ਵਿਕਦਾ ਵੀ ਆਇਆ ਪਿਆ ਔਰ ਮਾਲ ਦੀ ਵੀਡੀਓ ਵੀ ਚਾੜੀ ਦੀ ਹੈ ਅਲਹਮਦੁਲਿਲਾ ਅਤੇ ਇਨਸ਼ਾਅੱਲਾ ਉਹਨੂੰ ਵੀ ਇਸੇ ਤਰ੍ਹਾਂ ਸਬਸਕ੍ਰਾਈਬ ਵੀ ਕਰਨਾ ਤੇ ਲਾਈਕ ਵੀ ਕਰਨਾ ਸ਼ੇਅਰ ਵੀ ਕਰਨਾ ਅਸਲਾਮ ਅਲੈਕਮ ਜੀ ਹਾਂ ਜੀ ਕਾਮਰਾਨ ਕੀ ਹਾਲ ਹੈ ਜੀ ਠੀਕ ਠਾਕ ਆਜ ਸਾਹਿਬ ਤੁਸੀਂ ਸੁਣਾਓ ਸਭ ਅੱਛੇ ਦੁਆ ਕਰਿਆ ਕਰੋ ਤੇ ਕੋਈ ਨਵੀਂ ਤਾਜ਼ੀ ਦੁਆ ਕਰਿਆ ਕਰੋ ਅੱਲਾਹ ਤਾਲਾ ਦਾ ਬੜਾ ਮਾਲ ਵਿਕਿਆ ਜਾ ਮਾਲ ਵਿਕਿਆ ਸਾਰਾ ਸਾਰਾ ਮੰਡੀ ਤੱਕ ਵੀਡੀਓ ਤੇ ਨਹੀਂ ਨਹੀਂ ਹੁਣ ਜਿਸ ਤੁਸੀਂ ਆਏ ਹੋ ਤਾਂ ਅੱਲਾਹ ਦੇ ਹੁਕਮ ਨਾਲ ਪੂਰੀਆਂ ਨਹੀਂ ਹੁੰਦੀਆਂ ਵੀਡੀਓ ਦੀ ਠੀਕ ਹੈ ਤੇ ਜੇ ਘਰ ਐਨੀਮਲ ਅਤੇ ਸਵਾਰ ਨੂੰ ਵੀਡੀਓ ਦੇ ਭਰਾਵਾਂ ਨੂੰ ਦੱਸ ਛੜੀਏ ਉਹ ਦੱਸਿਆ ਪਿਛਲੇ ਵਾਰ ਚਲੋ ਇਨਸ਼ਾਅੱਲਾ ਹੈ ਨਹੀਂ ਜੇ ਦੇ ਸਕਣਾ ਹਾਂਜੀ ਕੋਸ਼ਿਸ਼ ਕਰਨੇ ਆ ਘਰ ਚਲੋ ਠੀਕ ਇਨਸ਼ਾਅੱਲਾ ਲੋ ਜੀ ਕਿਤਨੇ ਨੇ ਜਾਨਵਰ ਚਾਰ ਗਾੜੀਆਂ ਜੇ ਅੱਛਾ ਪਹਿਲਣਾ ਨੇ ਦੂਜਣਾ ਇੱਕ ਦੂਸਰੇ ਸੂਏ ਤਿੰਨ ਪਹਿਲਣਾ ਨੇ ਦੂਸਰੇ ਸੂਏ ਤਿੰਨ ਪਹਿਲਣਾ ਠੀਕ ਹੈ ਤੇ ਇਹਦਾ ਕੀ ਹਿਸਾਬ ਕਿਤਾਬ ਜੇ ਇਹਨਾਂ ਦਾ ਜਿਹੜੀਆਂ ਜਿਹੜੀ ਸੂਣ ਵਾਲੀ ਉਹ ਕਿਤਨੇ ਸੂਏ ਉਹ ਪਹਿਲੇ ਸੂਏ ਚੋਗੀ ਮੂੰਹ ਪਹਿਲਾਂ ਉਹ ਵਹਾਈਏ ਕਿ ਦੂਜੀਆਂ ਹੀ ਵਹਾਈਏ ਪਹਿਲਾਂ ਉਹ ਹੋ ਜਾਓ ਚਲੋ ਉਹ ਹੀ ਵਹਾ ਲਓ ਆਈ ਸਾਹਿਬ ਅੱਛਾ ਜੀ ਤੁਸੀਂ ਇੱਕ ਮਿੰਟ ਹਾਂ ਜੀ ਉਹ ਖੋਲ ਜੀ ਗਾਂ ਉਹ ਹੀ ਖੋਲ ਉਹਦੇ ਪਰਾਂ ਦੇ ਟੋਰਨ ਮੂੰਹ ਪੱਟੋ ਹਾਂ ਚੋਗੀ ਹੈ ਛਿੱਗੀ ਹੈ ਕੀ ਹਿਸਾਬ ਕਿਤਾਬ ਸੀ ਠਾਠਾ ਦੱਸ ਦਿਓ ਇੱਕ ਮਿੰਟ ਆਰਾਮ ਨਾਲ ਚੋਗੀ ਆਈ ਸਾਹਿਬ ਚੋਗੀ ਜਾ ਪਹਿਲੇ ਸੂਏ ਵੇ ਤੇ ਪਰਾਂ ਟੋਰ ਵੇ ਕਿੰਨੇ ਕੁ ਦਿਹਾੜੇ ਕੱਢਦੀ ਹੈ ਆਈ ਸਾਹਿਬ ਦਿਹਾੜੇ ਪੰਜ ਛੇ ਲੈ ਜਾ ਕਿਹੜੀ ਨਸਲ ਕਿਹੜੀ ਹੈ ਬਲਾਤੀ ਜੀ ਬਲਾਤੀ ਮਿਕਸ ਹੀ ਜਾ ਨੇੜੇ ਆਓ ਜੀ ਕੈਮਰਾਮੈਨ ਆ ਤੇ ਲਿਆਓ ਐਂ ਤੇ ਉਹ ਲਿਆ ਬੇਟਾ ਉਹ ਲਿਆ ਥੱਲੇ ਬਿਸ਼ੱਕ ਬਹਿ ਕੇ ਦੱਸ ਜੇ ਬੈਨਾਂ ਦੇ ਬਹਿ ਜਾ ਉੱਥੇ ਉਹਨਾਂ ਲਿਆ ਵੈੜੀ ਪੁੱਤਰ ਫਿਰ ਉਹੀ ਤਾਂ ਹਾਂ ਜੀ ਡਿਮਾਂਡ ਹੀ ਨਹੀਂ ਦੱਸਦੀ ਉੱਥੇ ਆਵਾਜ਼ ਆ ਜਾਂਦੀ ਆਪਣਾ ਕੀ ਨਾਂ ਹੈ ਤੇਰੇ ਕਾਮਰਾਨ ਹਾਂ ਜੀ ਕੀ ਡਿਮਾਂਡ ਹੈ ਜੀ ਆਈ ਸਾਹਿਬ ਜੇ ਤੇ ਕਰਾਣਾ ਮੁੱਲ ਜੀ ਫਾਇਦਾ ਕੋਈ ਲੰਮਾ ਚੋੜੇ ਦਾ ਜੀ ਕਿਸੇ ਭਰਾ ਦੇ 7 ਲੱਖ 5 ਹਜ਼ਾਰ 2 ਲੱਖ 5 ਦੀ ਜਾ 2 ਲੱਖ 5 ਦੀ ਜਾ ਬੜਾ ਲੈਣ ਜਾ ਪੈ ਲੈਣ ਬੜਾ ਚੱਡਾ ਦੇ ਅੱਲਾ ਦਾ ਹੁਕਮ ਨਾ ਕਰਨਾ ਕਿੰਨੇ ਕੁ ਦਿਹਾੜੇ ਕੱਢਦੀ ਹੈ ਦਿਹਾੜੇ 6-7 ਲੈ ਜਾਣੇ ਦਿਹਾੜੇ 6-7 ਜਾ ਇੰਜ ਸਾਊ ਇੰਜ ਪਾਵੇਂ 2 ਰੁਪਏ ਪਵੋ ਸਹੀ ਉਹ ਗੱਲ ਠੀਕ ਹੈ ਪੈ ਲੈਣ ਹੋ ਕੇ ਹੈ ਜਾ ਬਨੋ ਚਲੋ ਜੀ ਪਰਾਂ ਕਰ ਜੀ ਗਾਂ ਨੰਬਰ 2 ਲਿਆ ਇਹ 2 ਲੱਖ 5 ਹਜ਼ਾਰ ਗਾਂ ਨੰਬਰ 2 ਪਾਓ ਜੀ ਇਹ ਹੀ ਪਾ ਲਓ ਆਏ ਵੈਰੀ ਪਾ ਲੈ ਆਪੂ ਖੋਲ ਲੈ ਕਾਮਰਾਨ ਬੱਚੇ ਦੇ ਉੱਤੇ ਜਾਏਗਾ ਭਾਈ ਸਾਹਿਬ ਇਹ ਵੀ ਜਿਹੜੀ ਬੈੜੀ ਹੈ ਨਾ ਜੀ ਕੋਈ ਉਹ ਲਾਲ ਨਹੀਂ ਕਰਦੀ ਇਹ ਵੀ ਪਹਿ ਲੈਣੇ ਜਾ ਪਹਿ ਲੈਣ ਖਾਣਾ ਦੀ ਸਾਫ ਹੈ ਬੱਚਾ ਕੇਸ ਮਗਰ ਬਿਲਕੁਲ ਸਾਫ ਜਿਹੜੇ ਬੱਚੀ ਹੈ ਦੀ ਉਹ ਬੱਚੀ ਹੈ ਬੱਚੀ ਕਦੋਂ ਦੀ ਸੂਈ ਹੈ ਇਹ ਪਰਸੂ ਰਾਤੀ ਸੂਈ ਹੈ ਪਰਸੂ ਰਾਤੀ ਸੂਈ ਹੈ ਕੀ ਨਸਲ ਹੈ ਦੀ ਇਹ ਭਾਈ ਸਾਹਿਬ ਮਿਕਸ ਹੀ ਹੈ ਬੈੜੀ ਹੈ ਮਿਕਸ ਹੀ ਜਾ ਮਸਲਨ ਮਿਕਸ ਕੇ ਦੇਸੀ ਸਾਹੀਵਾਲ ਕੀ ਹੈ ਸਾਹੀਵਾਲ ਕੋਈ ਪਤਾ ਨਹੀਂ ਜਰਸੀ ਦਾ ਥੋੜਾ ਪੈਰ ਹੈ ਅੱਛਾ ਕਿੰਨੀਆਂ ਕੁ ਧਾਰਾਂ ਜਿਹੜੀਆਂ ਚੋਈਆਂ ਨੇ ਤੂੰ ਧਾਰਾਂ ਭਾਈ ਸਾਹਿਬ ਮੈਂ ਹੀ ਚੋਈਆਂ ਜਨਾ ਹਾਂ ਸਵੇਰੇ ਸਾਢੇ 4 ਸਿਰ ਆਇਆ ਹਾਂ ਪੂਰਾ ਲਿਆਇਆ ਦਰਿਆਰ ਇੱਧਰ ਧਿਆਨ ਕਰ ਤੂੰ ਆਪਣੇ ਇੱਧਰ ਧਿਆਨ ਰੱਖਿਆ ਕਰ ਕੰਮ ਵੱਲ ਜਿਹੜੇ ਕੰਮ ਹੁੰਦਾ ਹੋਵੇ ਉਸ ਕੰਮ ਵੱਲ ਧਿਆਨ ਰੱਖਿਆ ਕਰ ਹਾਂ ਜੀ ਕਿ ਸ਼ਾਮੀ ਅੱਜ ਕੋ ਭਾਈ ਸਾਹਿਬ 5-5.5 ਸਿਰ ਆਇਆ ਤਕਰੀਬਨ 5 ਸਿਰ ਇੱਕ ਟਾਈਮ ਦਾ ਇੱਕ ਟਾਈਮ ਦਾ ਜਾ ਠੀਕ ਹੈ ਤੇ ਇਹਦੀ ਕੀ ਡਿਮਾਂਡ ਕੇ ਇਹ ਭਾਈ ਸਾਹਿਬ ਕਿਸੇ ਭਰਾ ਦੇ ਪਸੰਦ ਆ ਜੇ ਨਾ 1,45,000 ਇਹ ਜਿਹੜੀ ਠੀਕ ਹੋ ਗਿਆ ਲਿਆਓ ਜੀ ਗਾਂ ਨੰਬਰ 2 ਆਪਣਾ 3 ਖੋਲੋ ਇਹੋ ਹੀ ਖੋਲ ਲੈ ਇਹ ਭਾਈ ਸਾਹਿਬ ਪਹਿਲਣ ਵੈੜੀ ਹੈ ਗਾਂ ਦੀ ਗੱਲ ਸੁਣਾਉਂਦੇ ਰਹੋ ਜੀ ਪਹਿ ਲੈਣੇ ਪਹਿ ਲੈਣੇ ਚੋਗੀ ਇਹ ਵੀ ਮੋੜ ਅੱਛਾ ਕਿੰਨੇ ਕੁ ਦਿਹਾੜੇ ਹੋ ਗਏ ਸੂਈ ਨੂੰ ਇਹ ਭਾਈ ਸਾਹਿਬ ਰਾਤੀ ਸੂਈ ਹੈ ਗਾਂ ਬੱਚਾ ਇਹਦਾ ਕਿਹੜਾ ਹੈ ਉਹ ਬੱਚੇ ਉੱਤੇ ਲੈ ਗਿਆ ਇਹ ਬੱਚਾ ਕੀ ਹੈ ਬੱਚੀ ਹੈ ਬੱਚਾ ਬੱਚੀ ਆਈ ਸਾਹਿਬ ਬੱਚੀ ਕਿੰਨੀਆਂ ਨੂੰ ਧਾਰਾਂ ਮਿਲਦੀ ਵੀ ਸਵੇਰੇ ਵੀ 3-4 ਸਿਰ ਕਦੇ 3-4 ਸਿਰ ਕੀ ਡਿਮਾਂਡ ਇਹਦੀ
ਇਹ ਆਈ ਸਾਹਿਬ ਕਿਸੇ ਭਰਾ ਦੇ ਪਸੰਦ ਆ ਜੇ 1-35 ਦੀ 1-35 ਦੀ ਇਹ ਵੀ ਆਈ ਸਾਹਿਬ ਪਹਿਲਾਂ ਨੇ ਚੋਗੀ ਮੂੰਹ ਚੋਂ ਇਹ ਜਿਹੜੀ ਇਹਦਾ ਬੱਚਾ ਕੇ ਇਹਦਾ ਬੱਚਾ ਦੂਜੀਆਂ ਦੋ ਦੇ ਬੱਚੀਆਂ ਨੇ ਬੱਚਾ ਇਹ ਵੀ ਦੇਸੀ ਹੈ ਕਿ ਸਾਹੀਵਾਲ ਹੈ ਇਹ ਆਈ ਸਾਹਿਬ ਥੋੜ੍ਹੀ ਸਾਰੀ ਸਾਹੀਵਾਲ ਹੈ ਦੂਜੀ ਜਰਸੀ ਵਿੱਚ ਮਿਕਸ ਹੈ ਅੱਛਾ ਅਤੇ ਕਿੰਨਾ ਕੁ ਦੁੱਧ ਇਹਦਾ ਜਿਹੜਾ ਇਹ ਆਈ ਸਾਹਿਬ ਕੱਲ੍ਹ ਸਵੇਰੇ ਸੂਈ ਜੇ ਅਤੇ ਇਹਦੇ ਕੋਲ ਜਿਹੜਾ ਗੋਲਾ ਕੱਲ੍ਹ ਸਵੇਰੇ 'ਚ ਹੋਇਆ ਨਾ ਉਹਦੇ ਤਕਰੀਬਨ 10-11 ਸੇਰ ਆਇਆ ਅਤੇ ਸ਼ਾਮੀ 5 ਕੁ ਸੇਰ 'ਚ ਹੋਇਆ ਇਹਦੀ ਕੀ ਡਿਮਾਂਡ ਹੈ ਤਕਰੀਬਨ 9-9.5 ਸੇਰ ਬੋਲ ਆਇਆ ਕਿਹਦੀ ਡਿਮਾਂਡ ਕੇ ਇਹ ਆਈ ਸਾਹਿਬ ਕਿਸੇ ਭਰਾ ਦੇ ਪਸੰਦ ਆ ਜਾਣਾ 1-40 ਦੀ ਲੜੀ ਕਿਤੇ 1-40 ਦੀ ਕੀ ਰੇਟ ਬਣਿਆ ਪਹਿਲੀ ਦਾ 2-5 ਦੂਜੀ ਦਾ 2 1-45 ਤੀਜੀ ਦਾ 1-35 ਚੌਥੀ ਦਾ ਇਹਦਾ 1-40 ਇਹ ਡਿਮਾਂਡ ਕਿਉਂ ਦੀ ਬਣਦੀ ਹੈ ਰਿਆਇਤ ਡਿਮਾਂਡ ਆਓ ਜੀ ਇਹਦਾ ਚਲੋ ਅੱਲਾ ਖੈਰ ਕਰੇ ਲੋ ਜਨਾਬ ਵੀਡੀਓ ਤੁਸੀਂ ਕਾਮਰਾਨ ਦੀ ਵੇਖ ਲੈਣੀ ਹੈ ਵੇਖਦੇ ਵੀ ਹੋ ਪਏ ਤੇ ਅਲਹਮਦੁਲਿਲਾ ਕੋਈ ਕਾਮਰਾਨ ਹੋਰ ਕੋਈ ਗੱਲ ਸੁੱਖ ਸੁਨੇਹਾ ਕੋਈ ਕਿਸੇ ਕਿਸਮ ਦਾ ਕੋਈ ਹੁੰਦਾ ਨਾ ਉਹ ਦੇ ਸੜ ਜਿਹੜਾ ਨਹੀਂ ਕੋਈ ਯਾਦ ਮੈਨੂੰ ਰਹਿੰਦਾ ਜੇ ਜਿਹੜਾ ਕੋਈ ਤੇਰੇ ਕੋਲ ਆਉਂਦਾ ਸਲਾਮ ਦੁਆ ਆਈ ਸਾਹਿਬ ਕੁਝ 3-4 ਬੰਦਿਆਂ ਨੇ ਸਲਾਮ ਦਿੱਤਾ ਜੀ ਠੀਕ ਹੈ ਕੀ ਨਾਮ ਇੱਕ ਦੁਬਈ ਹੈ ਸਾਜਦ ਜੀ ਉਹਨੇ 2-3 ਵਾਰੀ ਆਖਿਆ ਆਈ ਸਾਹਿਬ ਨੂੰ ਸਲਾਮ ਦੇਣਾ ਜੀ ਵਾਲੇ ਵੀ 2-3 ਭਰਾਵਾਂ ਨੇ ਆਖਿਆ ਜੀ ਵਾਲੇ ਉਹਨਾਂ ਸਾਰਿਆਂ ਦਾ ਸਲਾਮ ਹੈ ਨਾਲ ਵਾਲੇਕੁਮ ਸਲਾਮ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਬੈਠੀਆਂ ਠੀਕ ਠਾਕ ਠੀਕ ਹੈ ਠੀਕ ਦੇਣਾ ਲਾਂਭਾ ਨਾ ਲਾਂਭਾ ਆਵੇ ਵੀ ਤੇ ਭਰਾ ਮੇਰੇ ਆਪਣਾ ਹੀ ਲੋ ਜਨਾਬ ਅੱਲਾ ਖੈਰ ਕਰੇ ਇਨਸ਼ਾਅੱਲਾ ਅਗਲੀ ਵੀਡੀਓ ਦੇ ਨਾਲ ਜ਼ਰੂਰ ਮੁਲਾਕਾਤ ਹੋਵੇਗੀ ਐਸੇ ਵੀਡੀਓ ਦੇ ਨਾਲ ਦਿਓ ਇਜਾਜ਼ਤ ਅਤੇ ਅਗਲੀ ਵੀਡੀਓ ਦੇ ਨਾਲ ਸਾਰਿਆਂ ਭਰਾਵਾਂ ਨਾਲ ਫਿਰ ਮੁਲਾਕਾਤ ਹੋਵੇਗੀ ਇਹਨਾਂ ਦੇ ਡੇਰੇ 'ਤੇ ਹਫ਼ਤੇ ਬਾਅਦ ਹੀ ਬਾਕੀ ਰੋਜ਼ ਵੀਡੀਓ ਜਿਹੜੀ ਰੂਟੀਨ ਨੂੰ ਤੁਸੀਂ ਵੇਖਦੇ ਹੋ ਅਲਹਮਦੁਲਿਲਾ ਅਤੇ ਰਲ ਕੇ ਮਾਰੋ ਜੀ ਨਾਰਾ ਪਾਕਿਸਤਾਨ ਜ਼ਿੰਦਾਬਾਦ।